ਤੇ ਹੁਣ ਗੱਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਵਾਦ ਦੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਨਾਅਰੇਬਾਜ਼ੀ ਦੇ ਮਾਮਲੇ 'ਚ ਪੰਜਾਬ ਦੀ ਸਿਆਸਤ ਵੀ ਹੁਣ ਗਰਮਾ ਗਈ ਹੈ। ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਭਾਰਤ ਅੰਦਰ ਸਭ ਨੂੰ ਫਰੀਡਮ ਆਫ ਸਪੀਚ ਹੈ, ਜਿਸ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਕਾਰਵਾਈ ਦੇਸ਼ ਵਿਰੋਧੀ ਨਹੀਂ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਉੱਤੇ ਭਾਜਪਾ ਦੇ ਸੀਨੀਅਰ ਲੀਡਰ ਤਰੁਣ ਚੁੱਗ ਨੇ ਚੁਟਕੀ ਲਈ ਹੈ। ਤਰੁਣ ਚੁੱਗ ਨੇ ਕੀ ਕਿਹਾ, ਆਓ ਜਾਣਦੇ ਹਾਂ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਨਾਅਰੇਬਾਜ਼ੀ ਨੇ ਪੰਜਾਬ ਦੀ ਸਿਆਸਤ 'ਚ ਵੀ ਗਰਮੀ ਪੈਦਾ ਕਰ ਦਿੱਤੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਨਾਅਰੇਬਾਜ਼ੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਅਤੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਅੰਦਰ ਸਭ ਨੂੰ ਬੋਲਣ ਦਾ ਹੱਕ ਹੈ, ਇਸ ਲਈ GNU ਯੂਨੀਵਰਸਿਟੀ 'ਚ ਸਰਕਾਰ ਵੱਲੋਂ ਚੁੱਕੇ ਗਏ ਕਦਮ ਗਲਤ ਨੇ। ਕੈਪਟਨ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉੱਤੇ ਪਲਟਵਾਰ ਹੋਣੇ ਸ਼ੁਰੂ ਹੋ ਗਏ ਨੇ। ਪਲਟਵਾਰ ਕਰਨ ਲਈ ਅੱਗੇ ਆਏ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਤਰੁਣ ਚੁੱਗ। ਚੁੱਗ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਦੇ ਰਹੇ ਨੇ। ਇਸ ਮੌਕੇ ਚੁੱਗ ਨੇ ਜੱਬਾ ਦੀ ਧਰਤੀ ਉੱਤੇ ਹੋਏ ਸਰਬੱਤ ਖਾਲਸਾ ਨੂੰ ਇੱਕ ਵਾਰ ਫਿਰ ਕਾਂਗਰਸ ਪਾਰਟੀ ਦਾ ਇਕੱਠ ਐਲਾਨਿਆ। ਦੈਰ ਇਜ਼ ਅ ਕੌਨਸਟੀਟਿਊਸ਼ਨ, ਫਰੀਡਮ ਆਫ ਸਪੀਚ ਇਜ਼ ਪਰਮਿਟਿਡ ਅੰਡਰ ਦ ਕੌਨਸਟੀਟਿਊਸ਼ਨ, ਬਟ ਇਫ ਐਨੀ ਬਾਡੀ ਟ੍ਰਾਈਜ਼ ਟੂ ਕ੍ਰੀਏਟ ਵਿਚ ਐਨੀ ਮੂਵਮੈਂਟ ਵਿਚ ਇਜ਼ ਐਂਟੀ ਨੈਸ਼ਨਲ, as Rahul ji said, we will accept nothing anti-national, and we say the same thing, freedom of speech is there but you cannot be anti-national. Main bada dukh aaya mainu ki ek fauj da purana captain jehde fauji bharat mata di jai kehn te apna sab kuch qurban kar dende chonki te beh ke, ohra ek captain, retired captain, ohna logan di support kar reha jehde log pakistan zindabad keh rahe ne, jehde log ਇਹ ਕਹਿ ਰਹੇ ਨੇ ਕਿ ਹਿੰਦੁਸਤਾਨ ਕੇ ਟੁਕੜੇ ਕਰੇਂਗੇ ਸੌ ਸੌ ਔਰ ਸੰਘਰਸ਼ ਕਰੇਂਗੇ ਤਬ ਤੱਕ ਜਬ ਹਿੰਦੁਸਤਾਨ ਕੀ ਬਰਬਾਦੀ ਤੱਕ, ਉਹਨਾਂ ਲੋਕਾਂ ਦੀ ਸਪੋਰਟ ਕਰ ਰਹੇ ਨੇ ਕੈਪਟਨ ਸਾਹਿਬ ਕਿ ਇੱਕ ਪਾਸੇ ਤਾਂ ਤੁਸੀਂ ਚੱਬਾ ਦੇ ਸਰਬੱਤ ਖਾਲਸਾ ਦਾ ਸਮਰਥਨ ਕਰ ਰਹੇ ਹੋ, ਖਾਲਿਸਤਾਨੀ ਜਿਹੜੀ ਵੋਇਸ ਆ ਉਹਨੂੰ ਸਪੋਰਟ ਕਰ ਰਹੇ ਹੋ, ਆਪਣੇ ਲੋਕ ਉੱਥੇ ਭੇਜ ਰਹੇ ਹੋ, ਰਮਨਜੀਤ ਸਿੱਕੀ ਨੂੰ ਭੇਜ ਰਹੇ ਹੋ, ਤੁਸੀਂ ਉੱਥੇ ਜੀਰਾ ਸਾਹਿਬ ਨੂੰ ਭੇਜ ਰਹੇ ਹੋ, ਆਪਣੇ ਰਾਈਟ ਐਂਡ ਲੈਫਟ ਲਾਲੀ ਮਜੀਠੀਆ ਨੂੰ ਕਹਿ ਰਹੇ ਹੋ ਕਿ ਉਹਨੂੰ ਸਰਬੱਤ ਖਾਲਸਾ ਕਰਾਓ ਅਤੇ ਖਾਲਿਸਤਾਨ ਦੇ ਪ੍ਰਸਤਾਵ ਪਾਸ ਹੋਣ, ਔਰ ਦੂਜੇ ਪਾਸੇ ਤੁਸੀਂ ਜਿਹੜੇ ਆ ਉਹ ਟੈਰਰਿਸਟਾਂ ਦੀ ਸਪੋਰਟ ਕਰ ਰਹੇ ਹੋ, ਜਿਹੜੇ ਲੋਕ ਹਾਫਿਜ਼ ਸਈਦ ਦੀ ਸਪੋਰਟ ਕਰ ਰਹੇ ਹੋ, ਲੋਕਤੰਤਰ ਦੇ ਜਿਸ ਲੋਕਤੰਤਰ ਦੇ ਲੋਕ ਸਭਾ ਦੇ ਤੁਸੀਂ ਸਦੱਸ ਹੋ, ਉਸ ਲੋਕ ਸਭਾ 'ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਤੁਸੀਂ ਸਪੋਰਟ ਕਰ ਰਹੇ ਹੋ, ਦੁਰਭਾਗ। ਚੁੱਗ ਨੇ ਇੱਥੇ ਹੀ ਬਸ ਨਹੀਂ ਕੀਤੀ। ਇਸ ਦੇ ਬਾਅਦ ਤਰੁਣ ਚੁੱਗ ਨੇ ਕੈਪਟਨ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਫੇਰੀ ਉੱਤੇ ਚੁਟਕੀ ਲਈ ਅਤੇ ਕਿਹਾ ਕਿ ਕੈਪਟਨ ਸਾਹਿਬ ਨੂੰ 20 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ 20 ਦਿਨ ਵੀ ਅੰਮ੍ਰਿਤਸਰ 'ਚ ਨਹੀਂ ਗੁਜ਼ਾਰੇ। ਚੁੱਗ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਖਾਬ ਉੱਤੇ ਵੀ ਤੰਜ ਕੱਸਿਆ। ਚੁੱਗ ਨੇ ਕੈਪਟਨ ਸਾਹਿਬ ਨੂੰ ਕੀ ਸਲਾਹ ਦਿੱਤੀ, ਆਓ ਜਾਣਦੇ ਹਾਂ। ਜਿਹੜਾ ਸਾਰੇ ਪੰਜਾਬ ਨੂੰ ਨਵੇਂ ਨਵੇਂ ਸੁਪਨੇ ਦਿਖਾ ਰਿਹਾ, ਪਹਿਲੇ ਜਿਸ ਏਰੀਆ ਦੇ MP ਨੇ ਉੱਥੇ ਤਾਂ ਦਿਸਣ, ਔਰ 20 ਮਹੀਨਿਆਂ 'ਚ, ਪਿਛਲੇ 20 ਮਹੀਨਿਆਂ 'ਚ 20 ਘੰਟੇ ਲਗਾਤਾਰ ਜਾਂ 20 ਰਾਤਾਂ ਲਗਾਤਾਰ ਅੰਮ੍ਰਿਤਸਰ 'ਚ ਕੈਪਟਨ ਲਗਾਤਾਰ ਬਿਨਾਂ ਲਗਾਤਾਰ 20 ਰਾਤਾਂ ਨਹੀਂ ਕੱਟੀਆਂ। ਔਰ ਇਹ ਸੀਰੀਅਸਨੈਸ ਕੀ ਹੋਏਗੀ ਕਿ ਜਿਹੜਾ ਆਦਮੀ ਜਿਸ ਵਿਧਾਨ ਲੋਕ ਸਭਾ ਹਲਕੇ ਦਾ ਪ੍ਰਤੀਨਿਧੀ ਹੈ, ਉਸ ਲੋਕ ਸਭਾ ਹਲਕੇ 'ਚ 20 ਦਿਨ ਨਹੀਂ ਰਹਿੰਦਾ, ਉਹ ਆਦਮੀ ਕੀ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਕੀ ਦੇਵੇਗਾ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਨਾਅਰੇਬਾਜ਼ੀ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਉੱਤੇ ਕਈ ਕਿਸਮ ਦੇ ਸਵਾਲ ਖੜ੍ਹੇ ਹੋ ਗਏ ਨੇ। ਜਿੱਥੇ ਸਰਕਾਰ ਇਸ ਨੂੰ ਰਾਸ਼ਟਰਵਾਦੀ ਕਦਮ ਦੱਸ ਰਹੀ ਹੈ, ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਐਲਾਨ ਰਹੀਆਂ ਨੇ। ਇਸ ਮਾਮਲੇ 'ਚ ਅੱਗੇ ਕੀ ਹੁੰਦਾ ਇਹ ਤਾਂ ਵਕਤ ਹੀ ਦੱਸੇਗਾ, ਪਰ ਇਸ ਮੁੱਦੇ ਦੀ ਗੂੰਜ ਆਗਮੀ ਬਜਟ ਸੈਸ਼ਨ 'ਚ ਲੋਕ ਸਭਾ ਪਹੁੰਚਣੀ ਸੁਭਾਵਿਕ ਜੀ ਗੱਲ ਜਾਪ ਰਹੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।